ਜੀ ਕੀ ਫਤਿਹ। ਮੈਂ ਗੁਰਕਿਰਪਾਲ ਸਿੰਘ, ਸਾਬਕਾ ਸਰਪੰਚ ਪਿੰਡ ਕਸਿਆਣਾ ਅਤੇ ਜਨਰਲ ਸੈਕਟਰੀ ਜ਼ਿਲ੍ਹਾ ਕੌਂਸਲ ਕਮੇਟੀ ਪਟਿਆਲਾ, ਸ਼੍ਰੀ ਬ੍ਰਹਮਿੰਦਰਾ ਜੀ ਨੂੰ ਲੋਕਲ ਬਾਡੀ ਦਾ ਮਹਿਕਮਾ ਦੇਣ 'ਤੇ ਬਹੁਤ ਬਹੁਤ ਵਧਾਈਆਂ ਦਿੰਦਾ, ਅਤੇ ਮੁੱਖ ਮੰਤਰੀ ਸਾਹਿਬ ਅਤੇ ਕਾਂਗਰਸ ਹਾਈ ਕਮਾਂਡ ਦਾ ਜਿਹੜਾ ਉਹ ਫੈਸਲਾ, ਇਹਦੀ ਮੈਂ ਭਰਪੂਰ ਸ਼ਲਾਘਾ ਕਰਦਾ। ਔਰ ਸਾਨੂੰ ਸਾਰਿਆਂ ਨੂੰ ਪੂਰਾ ਭਰੋਸਾ, ਪੂਰੀ ਉਮੀਦ ਹੈ ਵੀ ਸ਼੍ਰੀ ਬ੍ਰਹਮਿੰਦਰਾ ਜੀ ਦੀ ਅਗਵਾਈ ਥੱਲੇ ਜਿਹੜਾ ਲੋਕਲ ਬਾਡੀ ਦਾ ਮਹਿਕਮਾ, ਉਹ ਬਹੁਤ ਹੀ ਅੱਛੇ ਢੰਗ ਨਾਲ ਅਤੇ ਤਰੱਕੀਆਂ ਭਰਾ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਪੂਰਾ ਸਹੀ ਚੱਲੇਗਾ। ਇਸ ਗੱਲ ਦੀਆਂ ਮੈਂ ਮਾਨਯੋਗ ਮੰਤਰੀ ਸਾਹਿਬ ਸ਼੍ਰੀ ਬ੍ਰਹਮਿੰਦਰਾ ਜੀ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਅਸੀਂ ਸਾਰੇ ਉਹਨਾਂ ਦੀ ਟੀਮ ਹੈ, ਅਸੀਂ ਟੀਮ ਬਣ ਕੇ ਹੀ ਉਹਨਾਂ ਦੇ ਨਾਲ ਚੱਲ ਰਹੇ ਹਾਂ ਅਤੇ ਅੱਗੇ ਨੂੰ ਇਸ ਕੰਮ ਦੇ ਵਿੱਚ ਪੂਰਾ ਸਾਥ ਦੇਵਾਂਗੇ ਅਤੇ ਨਾਲ ਉਹਨਾਂ ਦਾ ਕਦਮ ਨਾਲ ਕਦਮ ਲਾ ਕੇ ਚੱਲਾਂਗੇ।